ਹੁਣ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਹੋਵੇਗਾ ਪੂਰਾ। ਸੈਰ ਸਪਾਟਾ ਅਗਲੇ ਸਾਲ ਤੋਂ ਹੋਵੇਗਾ ਸ਼ੁਰੂ। ਬੱਦਲਾਂ ਤੇ ਖਾਣਾ ਖਾਣ ਦਾ ਮਿਲੇਗਾ ਸੁਨਹਿਰੀ ਮੌਕਾ। ਕਰੋੜਾਂ ਵਿੱਚ ਹੋਵੇਗਾ ਖਰਚਾ। ਇੱਕ ਕੰਪਨੀ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਪੂਰਾ ਕਰਨ ਜਾ ਰਹੀ ਹੈ। ਇਹ ਪੁਲਾੜ ਸੈਰ ਸਪਾਟਾ ਅਗਲੇ ਸਾਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੇ ਤੁਸੀਂ ਵੀ ਪੁਲਾੜ 'ਚ ਖਾਣਾ ਖਾਣਾ ਚਾਹੁੰਦੇ ਹੋ ਤਾਂ ਇਹ ਕਾਲਪਨਿਕ ਲੱਗ ਰਹੀ ਚੀਜ਼ ਹੁਣ ਸੰਭਵ ਹੋ ਸਕਦੀ ਹੈ। ਇੱਕ ਸਪੇਸ ਐਡਵੈਂਚਰ ਕੰਪਨੀ ਨੇ ਡਾਈਨ ਇਨ ਸਪੇਸ ਦਾ ਆਫਰ ਲਾਂਚ ਕੀਤਾ ਹੈ। ਹਾਲਾਂਕਿ ਇਸ ਲਈ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ। ਇਹ ਆਫਰ ਲਗਜ਼ਰੀ ਸਪੇਸ ਟਰੈਵਲ ਕੰਪਨੀ ਸਪੇਸ VIP ਨੇ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਕੰਪਨੀ ਤੁਹਾਨੂੰ ਆਪਣੇ ਸਪੇਸ ਬੈਲੂਨ 'ਚ ਧਰਤੀ ਤੋਂ 1,00,000 ਫੁੱਟ ਜਾਣੀ 30 ਕਿਲੋਮੀਟਰ ਦੀ ਉਚਾਈ 'ਤੇ ਲੈ ਕੇ ਜਾਵੇਗੀ। ਕੰਪਨੀ ਦਾ ਇਹ ਹਾਈ ਪ੍ਰੋਫਾਈਲ ਲਗਜ਼ਰੀ ਸਪੇਸ ਟੂਰਿਜ਼ਮ ਅਗਲੇ ਸਾਲ ਤੋਂ ਸ਼ੁਰੂ ਹੋਵੇਗਾ। ਇੱਕ ਯਾਤਰਾ ਵਿੱਚ 6 ਲੋਕਾਂ ਲਈ ਜਗ੍ਹਾ ਹੋਵੇਗੀ। ਇਸ ਯਾਤਰਾ 'ਤੇ ਆਉਣ ਵਾਲੇ ਯਾਤਰੀਆਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ੈੱਫਾਂ ਵਿੱਚੋਂ ਇੱਕ ਦੁਆਰਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਭੋਜਨ ਮਿਲੇਗਾ। ਡੈਨਮਾਰਕ ਦੇ ਰੈਸਟੋਰੈਂਟ ਅਲੇਕ ਮਿਸ ਦੇ ਮਸ਼ਹੂਰ ਸ਼ੈੱਫ ਰੈਸ਼ਮਸ ਮੁੱਖ ਇਸ ਯਾਤਰਾ ਦੇ ਯਾਤਰੀਆਂ ਲਈ ਖਾਣਾ ਤਿਆਰ ਕਰਨਗੇ। ਇਸ ਸਪੇਸ ਬੈਲੂਨ 'ਚ ਸਫ਼ਰ ਕਰਨ ਵਾਲੇ ਯਾਤਰੀ ਪਲਾਟ 'ਚ ਦੂਰ ਦੂਰ ਤੱਕ ਉੱਡਣ ਦਾ ਆਨੰਦ ਲੈ ਸਕਣਗੇ ਅਤੇ ਸੂਰਜ ਨੂੰ ਦੂਰੀ 'ਤੇ ਚੜ੍ਹਦੇ ਦੇਖ ਸਕਣਗੇ। ਯਾਤਰੀਆਂ ਨੂੰ ਵਾਈਫਾਈ ਦੀ ਸਹੂਲਤ ਵੀ ਮਿਲੇਗੀ ਤਾਂ ਜੋ ਜੇਕਰ ਉਹ ਚਾਹੁਣ ਤਾਂ ਧਰਤੀ 'ਤੇ ਆਪਣੇ ਅਜ਼ੀਜ਼ਾਂ ਤੱਕ ਆਪਣਾ ਪੂਰਾ ਅਨੁਭਵ ਲਾਈਵ ਸਟ੍ਰੀਮ ਕਰ ਸਕਣਗੇ। ਇਸ ਸ਼ਾਨਦਾਰ ਅਨੁਭਵ ਲਈ ਯਾਤਰੀਆਂ ਨੂੰ $5,00,000 ਖਰਚ ਕਰਨੇ ਪੈਣਗੇ। ਭਾਰਤੀ ਮੁਦਰਾ ਵਿੱਚ ਇਹ ਰਕਮ 4 ਕਰੋੜ ਰੁਪਏ ਬਣਦੀ ਹੈ। ਤਾਂ ਹੁਣ ਬੱਦਲਾਂ ਉੱਤੇ ਘੁੰਮਣ ਵਾਲਿਆਂ ਦੇ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਬਿਊਰੋ ਰਿਪੋਰਟ, ਦਿੱਲੀ ਪੋਸਟ, ਪੰਜਾਬੀ। ਹੁਣ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਹੋਵੇਗਾ ਪੂਰਾ। ਸੈਰ ਸਪਾਟਾ ਅਗਲੇ ਸਾਲ ਤੋਂ ਹੋਵੇਗਾ ਸ਼ੁਰੂ। ਬੱਦਲਾਂ ਤੇ ਖਾਣਾ ਖਾਣ ਦਾ ਮਿਲੇਗਾ ਸੁਨਹਿਰੀ ਮੌਕਾ। ਕਰੋੜਾਂ ਵਿੱਚ ਹੋਵੇਗਾ ਖਰਚਾ। ਇੱਕ ਕੰਪਨੀ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਪੂਰਾ ਕਰਨ ਜਾ ਰਹੀ ਹੈ। ਇਹ ਪੁਲਾੜ ਸੈਰ ਸਪਾਟਾ ਅਗਲੇ ਸਾਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੇ ਤੁਸੀਂ ਵੀ ਪੁਲਾੜ 'ਚ ਖਾਣਾ ਖਾਣਾ ਚਾਹੁੰਦੇ ਹੋ ਤਾਂ ਇਹ ਕਾਲਪਨਿਕ ਲੱਗ ਰਹੀ ਚੀਜ਼ ਹੁਣ ਸੰਭਵ ਹੋ ਸਕਦੀ ਹੈ। ਇੱਕ ਸਪੇਸ ਐਡਵੈਂਚਰ ਕੰਪਨੀ ਨੇ ਡਾਈਨ ਇਨ ਸਪੇਸ ਦਾ ਆਫਰ ਲਾਂਚ ਕੀਤਾ ਹੈ। ਹਾਲਾਂਕਿ ਇਸ ਲਈ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ। ਇਹ ਆਫਰ ਲਗਜ਼ਰੀ ਸਪੇਸ ਟਰੈਵਲ ਕੰਪਨੀ ਸਪੇਸ VIP ਨੇ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਕੰਪਨੀ ਤੁਹਾਨੂੰ ਆਪਣੇ ਸਪੇਸ ਬੈਲੂਨ 'ਚ ਧਰਤੀ ਤੋਂ 1,00,000 ਫੁੱਟ ਜਾਣੀ 30 ਕਿਲੋਮੀਟਰ ਦੀ ਉਚਾਈ 'ਤੇ ਲੈ ਕੇ ਜਾਵੇਗੀ। ਕੰਪਨੀ ਦਾ ਇਹ ਹਾਈ ਪ੍ਰੋਫਾਈਲ ਲਗਜ਼ਰੀ ਸਪੇਸ ਟੂਰਿਜ਼ਮ ਅਗਲੇ ਸਾਲ ਤੋਂ ਸ਼ੁਰੂ ਹੋਵੇਗਾ। ਇੱਕ ਯਾਤਰਾ ਵਿੱਚ 6 ਲੋਕਾਂ ਲਈ ਜਗ੍ਹਾ ਹੋਵੇਗੀ। ਇਸ ਯਾਤਰਾ 'ਤੇ ਆਉਣ ਵਾਲੇ ਯਾਤਰੀਆਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ੈੱਫਾਂ ਵਿੱਚੋਂ ਇੱਕ ਦੁਆਰਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਭੋਜਨ ਮਿਲੇਗਾ। ਡੈਨਮਾਰਕ ਦੇ ਰੈਸਟੋਰੈਂਟ ਅਲੇਕ ਮਿਸ ਦੇ ਮਸ਼ਹੂਰ ਸ਼ੈੱਫ ਰੈਸ਼ਮਸ ਮੁੱਖ ਇਸ ਯਾਤਰਾ ਦੇ ਯਾਤਰੀਆਂ ਲਈ ਖਾਣਾ ਤਿਆਰ ਕਰਨਗੇ। ਇਸ ਸਪੇਸ ਬੈਲੂਨ 'ਚ ਸਫ਼ਰ ਕਰਨ ਵਾਲੇ ਯਾਤਰੀ ਪਲਾਟ 'ਚ ਦੂਰ ਦੂਰ ਤੱਕ ਉੱਡਣ ਦਾ ਆਨੰਦ ਲੈ ਸਕਣਗੇ ਅਤੇ ਸੂਰਜ ਨੂੰ ਦੂਰੀ 'ਤੇ ਚੜ੍ਹਦੇ ਦੇਖ ਸਕਣਗੇ। ਯਾਤਰੀਆਂ ਨੂੰ ਵਾਈਫਾਈ ਦੀ ਸਹੂਲਤ ਵੀ ਮਿਲੇਗੀ ਤਾਂ ਜੋ ਜੇਕਰ ਉਹ ਚਾਹੁਣ ਤਾਂ ਧਰਤੀ 'ਤੇ ਆਪਣੇ ਅਜ਼ੀਜ਼ਾਂ ਤੱਕ ਆਪਣਾ ਪੂਰਾ ਅਨੁਭਵ ਲਾਈਵ ਸਟ੍ਰੀਮ ਕਰ ਸਕਣਗੇ। ਇਸ ਸ਼ਾਨਦਾਰ ਅਨੁਭਵ ਲਈ ਯਾਤਰੀਆਂ ਨੂੰ $5,00,000 ਖਰਚ ਕਰਨੇ ਪੈਣਗੇ। ਭਾਰਤੀ ਮੁਦਰਾ ਵਿੱਚ ਇਹ ਰਕਮ 4 ਕਰੋੜ ਰੁਪਏ ਬਣਦੀ ਹੈ। ਤਾਂ ਹੁਣ ਬੱਦਲਾਂ ਉੱਤੇ ਘੁੰਮਣ ਵਾਲਿਆਂ ਦੇ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਬਿਊਰੋ ਰਿਪੋਰਟ, ਦਿੱਲੀ ਪੋਸਟ, ਪੰਜਾਬੀ।